हैलो जी दोस्तों, एडलेट सिक गेम दी तैयारियां जोर शोर तो हैं। असी हर को कोना जिहड़ा मापना चाहुंदे आ, हर वह कोना देखना चाहुंदे आ जिहड़े कोने दे उत्ते सिक खेडां दी किते ने किते कोई एक मिसाल जगाई जा रही है, तो फिर एक बड़ा चानण सारे दुनिया लई करूगी। सो अज मैं एडलेट दे एक एरिए दे विच खड़ा जिथे कि अज बहुत सारिया बच्चिया इकट्ठिया हो के सिक खेडां लई पेंटिंग्स कर रही, उन्होंने एक नवी चीज़ा इंट्रोड्यूस करने की कोशिश कर रही है। एक बहुत वधिया गल आ भी तकरीबन मैं जिन्ना क महसूस करया इतों दियाँ जिहड़ियां जम्मियां पलियां बच्चियां जिहड़ियां कि मैं लगता पंजाब भी दो दो चार चार वारी बस दो दो महीने जाके आईयां होणियां, पर उन्हां नूं लगता भी असीं इत्थे पंजाब सिरज लईए, एक चंगा साइन आ। सिख खेडां दा मकसद ही है भी अगली जिहड़ी साडी पीढ़ी कोले असीं इह चीज़ां लै के जाणियां। तो तुसीं अज देखोगे, अज तुहानूं मैं दिखाउणा, लाइव ही दिखाउणा, मैं बाहलियां गल्लां नहीं करदा, पर मैं लाइव दिखाउणा भी किवें बच्चां 'च उत्साह, जिथे खेडां प्रति उत्साह उत्थे कल्चर प्रति सभ्याचार प्रति भी उत्साह, तो वह अज की जिहड़ी एक मिक्सअप कर रहे हैं, जिवें अज का जमाना आ गया सैल्फी कल्चर जिहनूं कहिंदे असीं आ गया। अगे कोई बंदा जांदा सी उत्थों दीआं यादां लैके आउंदा, कोई चूड़ियां पवा के लिआउंदा, कोई छल्ले मुंदियां लैके आउंदा मेलियां चों, अज आ गया एक सैल्फी का युग, जाके बंदा उत्थों दीआं फोटोआं लैके आउंदा जिहड़ियां सदीव ही याद रहिंदियां। तो वो फोटोआं लई एक फोटो बूथ बनाउण दीआं तैयारियां, वैसे तो देखो बने बनाए सब कुछ मिल जाता एक ऑर्डर के उत्ते, पर वो फील नहीं आउंदी, फील आउंदी है इदां ही जदों तुसीं देखोगे हत्थी चीज़ां तैयार कीतियां जांदियां। सो आओ आपां नाल तां बच्चियां दी तैयारी हुंदे दिखाउणे आ, ते नाले इत्थे साडे नाल कल्चरल दे जिहड़े इंचार्ज आ राजबंस सिंह ते नैशनल सैकटरी प्रदीप सिंह भी इहनां दी सपोर्ट कर रहे आ, सारे फैमिली समेत जोर ला रहे आ, सो उहनां नाल भी आपां गल्लबात कराउणे आ, आओ चलिए अंदर। ਅਸੀਂ ਐਡਲੇਡ ਸਿੱਕ ਗੇਮਸ ਲਈ ਪੋਸਟਰਸ ਬਣਾ ਰਹੇ ਹਾਂ, ਸਾਰੇ ਜਾਣੇ ਆ ਕੇ ਫੋਟੋਆਂ ਖਿਚਾਇਓ ਅਤੇ ਹੈਸ਼ਟੈਗ ਐਡਲੇਡ ਸਿੱਕ ਗੇਮਸ 2024 ਜ਼ਰੂਰ ਲਿਖਿਓ। ਇਸ਼ਾ ਤੁਸੀਂ ਇਹ ਜਿਵੇਂ ਤਾਂ ਇਹਨਾਂ ਨੇ ਦੱਸਿਆ ਵੀ ਇਹ ਪੋਸਟਰ ਬਣਾ ਰਹੇ ਹੋ, ਫੋਟੋ ਬੂਥ ਵਾਂਗੂ ਬਣਾ ਰਹੇ ਮੈਮਰੀਜ਼, ਇਹ ਸਾਰਾ ਕੁਝ ਬਣਾਉਣ ਦੇ ਪਿੱਛੇ ਮਕਸਦ ਕੀ ਹੈ ਤੁਹਾਡਾ, ਤੁਸੀਂ ਕੀ ਇਸ ਕਰ ਰਹੇ ਹੋ? ਮਕਸਦ ਹੈਗਾ ਕਿ ਲੋਕਾਂ ਨੇ ਉਹਦੇ ਪਿੱਛੇ ਖੜ ਕੇ ਪੋਜ਼ ਕਰਨਾ ਹੈ, ਫੋਟੋਆਂ ਖਿਚਾਉਣੀਆਂ ਨੇ ਅਤੇ ਮਜ਼ੇ ਕਰਨੇ ਆ। ਚਲੋ ਬਹੁਤ ਵਧੀਆ, ਯਾਦਾਂ ਲੈ ਕੇ ਜਾਣੀਆਂ ਇੱਥੋਂ। ਬਿਲਕੁਲ ਬਿਲਕੁਲ। ਸੋ ਕੀ ਚੀਜ਼ਾਂ ਬਣਾ ਰਹੇ ਹੋ ਇੱਥੇ? ਆ ਮੈਂ ਦੇਖ ਰਿਹਾ ਸੀ ਆ ਗ੍ਰੀਨ ਆ ਪੋਸਟਰ ਆ ਰੈੱਡ ਆ, ਇਹਨਾਂ ਦੇ ਉੱਤੇ ਕੁਝ ਹੋਰ ਵੀ ਪੇਂਟ ਹੋਣ ਵਾਲੇ? ਦੱਸੋ। ਹਾਂਜੀ, ਅਸੀਂ ਡਿਫਰੈਂਟ ਡਿਜ਼ਾਈਨਸ ਬਣਾਉਣੇ ਉੱਪਰ, ਸੋ ਕਈਆਂ 'ਤੇ ਕਣਕ ਹੋਵੇ, ਕਈਆਂ 'ਤੇ ਫੁੱਲ ਹੋਵੇ, ਤਾਂ ਡਿਫਰੈਂਟ ਡਿਜ਼ਾਈਨ ਤੁਸੀਂ ਪੋਸਟ ਕਰ ਸਕਦੇ ਆ, ਨਾਲ ਪੋਸਟ ਕਰ ਸਕਦੇ ਆ, ਯਾਨੀ ਕਿ ਪੰਜਾਬ ਦੀ ਵੀ ਫੀਲ ਦੇਣੀ ਆ ਅੱਜ। ਹਾਂਜੀ ਹਾਂਜੀ। ਅੱਛਾ, ਤੇ ਤੁਸੀਂ ਮੈਨੂੰ ਤਾਂ ਸਾਰੇ ਇੱਥੋਂ ਦੇ ਬੋਰਨ ਲੱਗਦੇ ਹੋ, ਪੰਜਾਬ ਕਿੰਨਾ ਜਾਂਦੇ ਹੁੰਦੇ ਆ? ਜਾਂਦੇ ਆ ਪੰਜਾਬ ਸਾਰੇ? ਜਾਂਦੇ ਆ। ਅੱਛਾ, ਸੋ ਤਾਂ ਕਰ ਪੰਜਾਬ ਚੰਗਾ ਲੱਗਦਾ? ਬਹੁਤ ਪਸੰਦ ਆਉਂਦਾ ਆ। ਚਲੋ ਬਹੁਤ ਵਧੀਆ ਗੱਲ ਆ। ਤੇ ਉਹ ਸਕੂਟਰ ਦੇਖ ਰਿਹਾ ਸੀ ਮੈਂ, ਉਹ ਕੀ ਚੀਜ਼ ਆ? ਚਲੋ ਜੀ, ਬਹੁਤ ਵਧੀਆ ਬੇਟਾ, ਲੱਗੇ ਰਹੋ ਤੁਸੀਂ, ਅਤੇ ਮੈਂ ਦੇਖ ਰਿਹਾ ਬਈ ਤੁਸੀਂ ਕਾਫੀ ਮਿਹਨਤ ਕਰ ਰਹੇ ਹੋ, ਵਧੀਆ ਰੰਗ ਬਿਰੰਗਾ ਜਿਹੜਾ ਕਲਰਫੁੱਲ ਚੀਜ਼ਾਂ ਲੈ ਕੇ ਆਏ ਹੋ, ਤਾਂ ਇਹ ਚੰਗੀ ਗੱਲ ਹੈ ਇੱਕ ਜਿਹੜਾ ਇੱਥੋਂ ਦੇ ਵਾਰਨ ਬੱਚੇ ਜਿਹੜਾ ਇੰਨਾ ਇੰਟਰਸਟ ਦਿਖਾ ਰਹੇ ਆ। ਤੁਸੀਂ ਹੋਰ ਕੁਛ ਵੀ ਕਹਿਣਾ ਚਾਹੋ, ਕੋਈ ਜਿਹੜੇ ਦੇਖ ਰਹੇ ਆ ਤੁਹਾਨੂੰ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ? ਹਾਂਜੀ, ਪਲੀਜ਼ ਆਇਓ ਸਿੱਖ ਗੇਮਾਂ 'ਤੇ ਈਸਟਰ ਨੂੰ,
ਨਾਲ ਫੋਟੋਆਂ ਖਿਚਾਇਓ ਤੁਹਾਡੀ ਮਿਹਨਤ ਦਾ ਮੁੱਲ ਹੋਊਗਾ ਹਾਂਜੀ ਤੁਹਾਡੀ ਮਿਹਨਤ ਦਾ ਮੁੱਲ ਮੁੜੂਗਾ ਇਹਦੇ ਨਾਲ ਹਾਂਜੀ ਹਾਂਜੀ ਸੋ ਮੈਂ ਇੱਥੇ ਥੋੜ੍ਹੀ ਜਿਹੀ ਗੱਲ ਕਰਾਉਣਾਗਾ ਤੁਹਾਡੇ ਨਾਲ ਪ੍ਰਦੀਪ ਦੀ ਪ੍ਰਦੀਪ ਜਿਹੜੇ ਕਿ ਸਾਰੇ ਇਹਨਾਂ ਦੀ ਡਾਇਰੈਕਸ਼ਨ ਹੇਠ ਹੋ ਰਿਹਾ ਪ੍ਰਦੀਪ ਥੋੜ੍ਹਾ ਜਿਹਾ ਤੁਸੀਂ ਵੀ ਦੱਸਿਓ ਆਪਣੀ ਐਫਰਟ 'ਚੋਂ ਜੀ ਜੀ ਹਾਂਜੀ ਉਹ ਇਹਨਾਂ ਦੀ ਆਈਡੀਅਲ ਸੀ ਕਿੱਦਾਂ ਜਦ ਆਪਾਂ ਗੇਮਾਂ 'ਤੇ ਜਾਈਦਾ ਜਾਂ ਕਿਤੇ ਵੀ ਜਾਈਦਾ ਹੁਣ ਆਪਾਂ ਸਾਰੇ ਚਾਹੁੰਦੇ ਆ ਆਪਾਂ ਫੋਟੋ ਖਿੱਚ ਕੇ ਲੈ ਕੇ ਜਾਈਏ ਮੈਮਰੀ ਰਹਿੰਦੀ ਆ ਆਪਾਂ ਫੇਸਬੁੱਕ 'ਤੇ ਪਾਉਂਦੇ ਜਾਂ ਇੰਸਟਾਗ੍ਰਾਮ 'ਤੇ ਉਹ ਵੀ ਆਪਣੇ ਰਿਮਾਇੰਡ ਕਰਦਾ 5-6 ਸਾਲ ਬਾਅਦ ਸੋ ਐਤਕੀ ਇਹ ਕੁੜੀਆਂ ਇੱਦਾਂ ਕਰ ਰਹੀਆਂ ਇਹ ਬਣਾ ਰਹੀਆਂ ਕੱਟ ਆਊਟ ਕਿਹੜਾ ਤੁਸੀਂ ਮੂੰਹ ਆਪਣਾ ਵਿੱਚ ਪਾ ਕੇ ਇੱਕ ਤਾਂ ਡਿਫਰੈਂਟ ਚੀਜ਼ਾਂ ਲਿਖੀਆਂ ਹੋਈਆਂ ਕਰਿਐਲਿਟ ਸਿੱਖ ਗੇਮਾਂ ਦਾ ਲਿਖਿਆ ਹੋਊਗਾ ਡਿਫਰੈਂਟ ਏਰੀਆ ਆਪਣੇ ਪੰਜਾਬ ਦੇ ਵੀ ਲਿਖੇ ਹੋਊਗੇ ਮਾਝਾ ਲਿਖਿਆ ਹੋਊਗਾ ਮਾਲਵਾ ਲਿਖਿਆ ਹੋਊਗਾ ਕਿਹੜਾ ਇਲਾਕੇ ਦਾ ਬੰਦਾ ਹੋਵੇ ਉਹ ਫੋਟੋ 'ਚ ਕਰਾ ਸਕਦਾ ਸਕੂਟਰ ਬਣਾਉਣੇ ਆ ਹਰੇ ਇਹਨਾਂ ਨਾਲ ਹੋਰ ਕੰਮ ਕਰਨਾ ਬੱਸ ਵੀ ਬਣਾਉਣਾ ਟਰੱਕ ਵੀ ਬਣਾਉਣੇ ਆ ਥੋੜ੍ਹਾ ਮਿਹਨਤ ਲੱਗਣੀ ਆ ਮਤਲਬ ਇਹ ਫਨ ਨਾਲ ਫਨ ਕਰੀ ਜਾਂਦੀਆਂ ਨਾਲ ਨੈੱਟਬੋਲ ਦੀਆਂ ਟੀਮ ਆ ਨਾਲ ਇਹ ਵੀ ਕਰ ਰਹੇ ਆ ਤਾਂ ਇਹ ਕਹਿੰਦੇ ਸੀ ਤਾਂ ਅਸੀਂ ਡਿਫਰੈਂਟ ਕਰਨਾ ਕਿਹੜਾ ਗਰਾਊਂਡ 'ਤੇ ਕਲਚਰ ਏਰੀਆ 'ਚ ਹੋਊਗਾ ਇਹ ਲੱਗਿਆ ਹੋਊਗਾ ਤਾਂ ਇੱਧਰ ਰਾਜਵੰਤ ਨਾ ਆਪਣਾ ਇੱਧਰ ਹੋਰ ਵੀ ਕਰਨਾ ਆ ਆਪਣਾ ਦਾਸ ਦਾ ਵੀ ਪੋਸਟਰ ਇੱਦਾਂ ਬਣਾ ਰਹੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹਦੇ ਵਿੱਚ ਜੀ ਇਸ ਵਾਰ ਸਾਡੀ ਕੋਸ਼ਿਸ਼ ਹੈਗੀ ਆ ਕਿ ਜਿੱਦਾਂ ਸੱਭਿਆਚਾਰ ਦੇ ਨਾਲ ਨਾਲ ਬੱਚਿਆਂ ਨੂੰ ਧਰਮ ਦੇ ਨਾਲ ਵੀ ਜੋੜਿਆ ਜਾਵੇ ਸਾਡੇ ਸਿੱਖਾਂ ਦੇ ਵਿੱਚ ਅਰਦਾਸ ਸਾਡੇ ਬਹੁਤੇ ਇਤਿਹਾਸਿਕ ਈਵੈਂਟਸ ਨੂੰ ਕਵਰ ਕਰਦੀ ਆ ਜੀ ਸਾਡੀ ਕੋਸ਼ਿਸ਼ ਇਹ ਆ ਕਿ ਅਰਦਾਸ ਦੀ ਵਿਜੂਅਲ ਪ੍ਰੈਜੈਂਟੇਸ਼ਨ ਕੀਤੀ ਜਾਵੇ ਸਾਨੂੰ ਕਮੇਟੀ ਦੇ ਵਿੱਚ ਬਹਿ ਕੇ ਅੱਗੇ ਨਾਂ ਦੱਸਣਾ ਸੌਖਾ ਹੈ ਬਟ ਜਿਹੜੇ ਸਾਡੇ ਨਾਲ ਵਲੰਟੀਅਰ ਕੰਮ ਕਰਦੇ ਸਾਡੇ ਨਾਲ ਈਸ਼ਾ ਨਾਗਰਾ ਅਤੇ ਜੈਸਮੀਨ ਪੈਂਗਲੀ ਸਾਨੂੰ ਇੰਨੀ ਹੈਲਪ ਕਰ ਰਹੇ ਨਾ ਬੱਚਿਆਂ ਦੇ ਬਿਨਾਂ ਸਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਇੱਕ ਪੰਜਾਬੀ ਮਾਹੌਲ ਦੀ ਉਹ ਮੁਸ਼ਕਲ ਹੈ ਜੀ ਜਿੰਨਾ ਇਹ ਸਾਨੂੰ ਸਪੋਰਟ ਕਰ ਰਹੇ ਆ ਜਿੰਨੇ ਆਈਡੀਆਜ਼ ਲਿਆ ਰਹੇ ਆ ਯੰਗ ਜਨਰੇਸ਼ਨ ਹੈ ਬੋਰਨ ਐਂਡ ਬਰੋਡ ਇੱਥੋਂ ਦੇ ਆ ਬਟ ਸਟਿਲ ਇਹਨਾਂ ਦੇ ਪੰਜਾਬ ਨਾਲ ਰੂਟਸ ਇੰਨੀਆਂ ਜ਼ਿਆਦਾ ਜੁੜੀਆਂ ਆ ਕਿ ਉਹ ਇੱਕ ਵਧੀਆ ਫੀਲ ਦੇਣਾ ਚਾਹੁੰਦੇ ਅਤੇ ਇਸ ਈਵੈਂਟ ਨੂੰ ਯਾਦਗਾਰੀ ਬਣਾਉਣ ਲਈ ਆਪਣੀ ਪੂਰੀ ਮਿਹਨਤ ਕਰ ਰਹੇ ਆ ਜੀ ਬਹੁਤ ਵਧੀਆ ਜੀ ਸਭ ਤੋਂ ਵਧੀਆ ਜਿਹੜੀ ਮੈਨੂੰ ਗੱਲ ਲੱਗੀ ਹੈ ਵੀ ਇਹਨਾਂ ਦੀ ਇਨਵੋਲਵਮੈਂਟ ਹੈ ਇਹਨਾਂ ਨੂੰ ਸਿੱਧੇ ਰੂਪ 'ਚ ਇਹਨਾਂ ਨੂੰ ਐਂ ਲੱਗਦਾ ਵੀ ਅਸੀਂ ਕੁਛ ਕੀਤਾ ਹਾਂਜੀ ਉਹਦੇ ਵਿੱਚ ਇਹ ਹੁੰਦਾ ਹੈ ਜਦੋਂ ਬੱਚੇ ਗੇਮਾਂ ਨਾਲ ਜੁੜਦੇ ਇੱਦਾਂ ਭਾਅ ਜੀ ਜਦੋਂ ਤੁਸੀਂ ਦੇਖੋਗੇ ਕਿ ਬੱਚੇ ਆਪਣੇ ਆਪ ਕੁਛ ਕਰਕੇ ਗੇਮਾਂ ਦੀ ਪਾਰਟੀਸਪੇਸ਼ਨ ਦੇ ਵਿੱਚ ਹਿੱਸਾ ਲੈਂਦੇ ਪਹਿਲਾਂ ਇਹ ਟੀਮਾਂ 'ਚ ਹਿੱਸਾ ਲੈਂਦੇ ਸੀ ਐਤਕੀ ਸਾਡੇ ਨਾਲ ਮੈਨੇਜਮੈਂਟ ਦੇ ਵਿੱਚ ਹੈ ਇੱਕ ਨਵੀਂ ਲੀਹ ਤਿਆਰ ਕਰ ਰਹੇ ਹਾਂ ਅਸੀਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਬੱਚੀਆਂ ਬਰਾਬਰ ਆਪਣਾ ਸਹਿਯੋਗ ਦੇਣ ਅਤੇ ਮੈਨੇਜਮੈਂਟ ਦੇ ਵਿੱਚ ਆ ਕੇ ਪੂਰੀ ਹੈਲਪ ਕਰਨ ਜਿੱਦਾਂ ਹਰ ਥਾਂ ਇਸ ਵੇਲੇ ਫੇਮਸ ਹੈ ਜੀ ਕਿ ਆਸਟ੍ਰੇਲੀਅਨ ਸਿੱਖ ਖੇਡਾਂ 'ਤੇ ਬੱਚੇ ਬੀਬੀਆਂ ਸਾਡੀਆਂ ਗੁੱਡੀਆਂ ਸਾਰੀਆਂ ਨਾਲ ਬਰਾਬਰ ਹੁੰਦੀਆਂ ਆ ਸਾਡੀ ਕੋਸ਼ਿਸ਼ ਇਹ ਆ ਕਿ ਇਸ ਜਿਹੜੀ ਸਾਡੀ ਸਿੱਖ ਗੇਮਾਂ ਦੀ ਦਿੱਖ ਅਤੇ ਇਨਵੋਲਵਮੈਂਟ ਹੈ ਇਹਨੂੰ ਮੈਨੇਜਮੈਂਟ ਲੈਵਲ ਤੱਕ ਲਿਜਾਇਆ ਜਾਵੇ ਜਿਵੇਂ ਸਾਡੀ ਬਰਾਬਰਤਾ ਹਾਜ਼ਰੀ ਦੇ ਵਿੱਚ ਹੈ ਇੱਦਾਂ ਸਾਡੀ ਕਮੇਟੀ ਦੇ ਵਿੱਚ ਵੀ ਇਕੁਅਲਿਟੀ ਹੋਵੇ ਅਤੇ ਸਾਡੀਆਂ ਬੱਚੀਆਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਪੂਰੀ ਮਿਹਨਤ ਦੇ ਨਾਲ ਅੱਗੇ ਆਉਣ ਅਤੇ ਸਾਡੀ ਬੱਚਿਆਂ ਦੀ ਗੇਮਾਂ ਦੇ ਵਿੱਚ ਪਾਰਟੀਸਪੇਸ਼ਨ ਵਧੇ ਬਹੁਤ ਵਧੀਆ ਜੀ ਉਮੀਦ ਆ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਖੇਡਾਂ ਪਿਛਲੇ ਸਾਲ ਵਾਂਗੂ ਨਵੇਂ ਇਤਿਹਾਸ ਸਿਰਜਣਗੀਆਂ ਸੋ ਬਹੁਤ ਬਹੁਤ ਧੰਨਵਾਦ ਅਤੇ ਮੈਂ ਸਾਰੇ ਬੱਚਿਆਂ ਨੂੰ ਜ਼ਰੂਰ ਹੁਣ ਇੱਕ ਸੁਰ ਕਹੂੰਗਾ ਵੀ ਇੱਕ ਸੁਰ ਜ਼ਰੂਰ ਸੁਨੇਹਾ ਲਾਇਓ ਜੀ ਸਾਰੇ ਜਾਣੇ ਇੱਕ